ਚੋਣ ਜਿਵੇਂ ਟੂਵਾਲ ਨੀ ਹੁੰਦਾ ਟੂਵਾਲ ਉਸ ਤਰ੍ਹਾਂ ਚੋਣ ਨੇ ਬੈੜੀ ਦੇ ਬਰਤਨ ਫੜ ਲਓ ਨਹੀਂ ਤੇ ਜ਼ਾਇਆ ਨਾ ਕਰਿਓ ਤੁਹਾਡੀ ਮਿਹਰਬਾਨੀ ਸਾਡੀ ਬੰਦ ਨੌਕਰੀ ਜਲਦੀ ਆਏ ਨੇੜੇ ਤੈਨੂੰ ਫੜ ਗਲਾਸ ਪੜ ਲੈ ਗਲਾਸ ਲੈ ਆ ਕੋਈ ਚੀਜ਼ ਫੜ ਲੈ ਡੱਬਾ ਸ਼ੇ ਬਾਬਾ ਵੀ ਫੜਦਾ ਮੈਂ ਲੱਤ ਪਿਛਾ ਕਰ ਇੰਜ ਚੁਆਈ ਕਰਨ ਲੱਗਿਆ ਲੱਤ ਪਿਛਾ ਆਖਣਾ ਮਾਲ ਅੱਲਾ ਰੁਕਣਾ ਵੇਖੋ ਕਿੰਨੀ ਅਕਲ ਰੱਖਦਾ ਛੱਟਾ ਹੋਏਗਾ ਕਿਸੇ ਕਿਸਮ ਦਾ ਧਾਰਾ ਮਾਰੋ ਟਾਈਮ ਸ਼ਾਟ ਬਾਈ ਸ਼ਾਹ ਦੂਸਰੇ ਹੱਥ ਨਾਲ ਜ਼ਰਾ ਇਹ ਠੀਕ ਹੈ ਬਾਲਟੀ ਲੈ ਅੱਲਾ ਦਾ ਬੰਦਾ ਇਹ ਵੇਖੋ ਟੂਵਾਲ ਟੂਵਾਲ ਮਾਸ਼ਾਅੱਲਾ ਅਸਲਾਮੁ ਅਲੈਕੁਮ ਸੱਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਮੰਗਲ ਦਾ ਅਤੇ ਇਸ ਟਾਈਮ ਸਿਆਲਕੋਟ ਦੇ ਸਾਦਾ ਅਤੇ ਸਸਤੇ ਵਪਾਰੀ ਮੁਹੰਮਦ ਸ਼ਾਹਦ ਸਾਹਿਬ ਦੇ ਡੇਰੇ 'ਤੇ ਮੌਜੂਦ ਹਾਂ ਅਤੇ ਮਾਸ਼ਾਅੱਲਾ ਜੀ ਬਾਈ ਸ਼ਾਹ ਸਾਹਿਬ ਅੱਜ ਦੀ ਇਸ ਵੀਡੀਓ 'ਚ ਦੋਸਤਾਂ ਵਾਸਤੇ 6 ਖੂਬਸੂਰਤ ਮੁਨਾਸਬ ਕੀਮਤ ਗਾਵਾਂ ਇਸ ਤੋਂ ਇਲਾਵਾ ਇੱਕ ਮੱਝ ਵੀ ਲੈ ਕੇ ਆਏ ਨੇ ਕਮ ਅਜ਼ ਕਮ ਕੀਮਤ ਜੀ 2 ਲੱਖ ਅਤੇ 10 ਹਜ਼ਾਰ 2 ਲੱਖ 10 ਹਜ਼ਾਰ ਤੋਂ ਲੈ ਕੇ ਅਤੇ 3 ਲੱਖ 15 ਹਜ਼ਾਰ ਦੀ ਰੇਂਜ ਤੱਕ ਜਾਨਵਰ ਨੇ ਸਾਰੇ ਜਾਨਵਰਾਂ ਦੀ ਤਸੱਲੀ ਕਰਵਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ ਬਾਈ ਸ਼ਾਹ ਸਾਹਿਬ ਦੇ ਡੇਰੇ ਦਾ ਐਡਰੈਸ ਦੋਸਤਾਂ ਨੂੰ ਸਮਝਾ ਦਿੰਦੇ ਹਾਂ ਜੀ ਤਹਿਸੀਲੋ ਜ਼ਿਲ੍ਹਾ ਸਿਆਲਕੋਟ ਹੈ ਪਿੰਡ ਦਾ ਨਾਮ ਹੈ ਜੀ ਕਰਲੂਪ ਮੇਨ ਅੱਡਾ ਲੱਗਦਾ ਡੱਲ ਵਾਲੀ ਮਜ਼ੀਦ ਬਾਈ ਸ਼ਾਹ ਸਾਹਿਬ ਦਾ ਨੰਬਰ ਸਕਰੀਨ 'ਤੇ ਆ ਰਿਹਾ ਦੋਸਤ ਕਾਲ ਕਰਕੇ ਰਾਬਤਾ ਕਰ ਸਕਦੇ ਨੇ ਬਾਈ ਸ਼ਾਹ ਸਾਹਿਬ ਆਓ ਜੀ ਮੈਦਾਨ 'ਚ ਜੀ ਅਸਲਾਮੁ ਅਲੈਕੁਮ ਜੀ ਵਾਲੇਕੁਮ ਸਲਾਮ ਜੀ ਭਾਈ ਫਿਰ ਕੀ ਹਾਲ ਹੈ ਠੀਕ ਠਾਕ ਅੱਲਾਹ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਾਤ ਦਾ ਬੜਾ ਕਰਮ ਹੈ ਭਾਈ ਸ਼ਾਹਦ ਤੁਸੀਂ ਸੁਣਾਓ ਠੀਕ ਹੋ ਸਭ ਹੈਰੀਅਤ ਹੈ ਅੱਲਾਹ ਪਾਕ ਦਾ ਬੜਾ ਹੀ ਸਾਨ ਹੈ ਜਿੰਨਾ ਅੱਲਾਹ ਪਾਕ ਦਾ ਸ਼ੁਕਰ ਅਦਾ ਕਰੀਏ ਉਨਾ ਹੀ ਥੋੜਾ ਹੈ ਭਾਈ ਫਿਰਾਦ ਅੱਲਾਹ ਪਾਕ ਨੇ ਇਸ ਨਿਜ਼ਾਮ ਦੀ ਸਾਨੂੰ ਬਚਾਇਆ ਲੇਕਿਨ ਸਾਡੀ ਕੋਈ ਕਾਤ ਸੋਚ ਵੀ ਨਹੀਂ ਤੇ ਅਸੀਂ ਹੱਥ ਦੀ ਜਾਵਾਂਗੇ ਅੱਲਾਹ ਤਾਲਾ ਨੇ ਬਾਂਹ ਫੜੀ ਤੇ ਅਸੀਂ ਕਲਾਲ ਦੀ ਰੋਜ਼ੀ ਲਾਂਗੇ ਭਰਾਵਾਂ ਨੇ ਜਿਹੜੀਆਂ ਗੱਲਾਂ ਕਰਾਂਗੇ ਜਾਂ ਕਿੰਨੀਆਂ ਸੱਚੀਆਂ ਕਰਾਂਗੇ ਅਤੇ ਭਰਾਵਾਂ ਦੇ ਹੌਸਲੇ ਮਸਾਈ ਨਾਲ ਕਾਮਯਾਬ ਹਾਂ ਇਕੱਲਾ ਖੁਦ ਬੰਦਾ ਕੋਈ ਕਾਮਯਾਬ ਨਹੀਂ ਹੁੰਦਾ ਇੱਕ ਇੱਕ ਮੈਂਬਰ ਖਲੋਂਦਾ ਵੋਟਾਂ 'ਤੇ ਉਹਨੂੰ ਵੋਟ ਪੈਣ ਅਤੇ ਚੇਅਰਮੈਨ ਬਣਦਾ ਜੀ ਮੈਂਬਰ ਬਣਦਾ ਆ ਇਸ ਤਰ੍ਹਾਂ ਨਹੀਂ ਬਣਦਾ ਭਰਾ ਮਾਲ ਲੈਂਦੇ ਤਾਂ ਅਸੀਂ ਮਾਲ ਲੈਂਦੇ ਹਾਂ ਅਤੇ ਅੱਲਾ ਦੇ ਘੁੰਮਾਂ ਵੀਡੀਓ 'ਚ ਪਾਉਂਦੇ ਹਾਂ ਸਾਰੇ ਮਾਲ ਭਰਾ ਵੇਖੋ ਕੌਂਟਾਂ 'ਚ ਪੈਸੇ ਬਾਹਰੋਂ ਘੱਲਦੇ ਤਮਾਦ ਸਿਰ ਕੰਮ ਹੁੰਦਾ ਸਾਰਾ ਹੀ ਕੌਂਟ 'ਚ ਪੈਸੇ ਘੱਲਦੇ ਨੇ ਅਸੀਂ ਜ਼ਿੰਮੇਵਾਰੀ ਨਾਲ ਗੱਡੀ ਕਰਾ ਕੇ ਤਸੱਲੀ ਨਾਲ ਆਪਣੀ ਜ਼ਿੰਮੇਵਾਰੀ ਨਾਲ ਮਾਲ ਅਗਲੇ ਦੇ ਘਰ ਪਹੁੰਚਾਉਂਦੇ ਹਾਂ ਘਰ ਪਹੁੰਚਾ ਕੇ ਕੋਈ ਬੰਦਾ ਮੇਰੇ ਨੰਬਰ ਚੱਲਦਾ ਕੋਈ ਬੰਦਾ ਕਹੇ ਭਾਈ ਸ਼ਾਹਦ ਤੂੰ ਫੋਨ ਕਰਕੇ ਬਾਅਦ 'ਚ ਰਾਬਤਾ ਨਹੀਂ ਕੀਤਾ ਅਤੇ ਮੈਂ ਜ਼ਿੰਮੇਦਾਰ ਹਾਂ ਵੇਖੋ ਫੋਨ ਕਰ ਮਾਲ ਘੱਲ ਕੇ ਵੀ ਮਜ਼ੇਦਾਰੀ ਇਸ ਕਰਕੇ ਅਗਲੇ ਨੂੰ ਪੁੱਛੋ ਭਾਅ ਜੀ ਕੀ ਸੂਰਤ ਹੈ ਮਾਲ ਹੈ ਚੰਗਾ ਵੀ ਨਹੀਂ ਕਰ ਸਕਦਾ ਭੈੜਾ ਵੀ ਨਹੀਂ ਕਰ ਸਕਦਾ ਚਲੋ ਕਿ ਚੰਗਾ ਹੁੰਦਾ ਸਾਡਾ ਯਕੀਨ ਐਡਾ ਹੌਸਲਾ ਵੱਧਦਾ ਅੱਗੇ ਨੂੰ ਤੁਸੀਂ ਮਾੜਾ ਕਹਿੰਦੇ ਨੇ ਮਾੜਾ ਕਹਿੰਦੇ ਸਿਰ ਥੱਲੇ ਸੁੱਟ ਲਈਦਾ ਵੇਖੋ ਇਹ ਕੰਮ ਨੇ ਕੁਦਰਤ ਦੇ ਮਾੜਾ ਲੈ ਦੋ ਕਿ ਮਲਾ ਮਾਏ ਨੇ ਦਾ ਖੈਰ ਰੱਖੀ ਵੱਧ ਤੋਂ ਵੱਧ ਹੀ ਮਾਲ ਸੋਚ ਸਮਝ ਕੇ ਲਈਦਾ ਅਤੇ ਰੇਟ ਜਾਇਜ਼ ਮੁਨਾਸਬ ਜੇ ਕਰੀਦੇ ਨੇ ਭਾਈ ਫਿਰ ਭਰਾਵਾਂ ਨੂੰ ਸ਼ੌਂਕ ਕਰਾਓ ਅਤੇ ਭਰਾਵਾਂ ਦੀ ਮਿਹਰਬਾਨੀ ਫਿਰ ਢੋਕਾਂ ਜਿਹੜਾ ਜਲਦੀ ਕਰਾਉਣ ਕਰਨ ਔਰ ਗਿਲਾ ਸ਼ਿਕਵਾ ਭਰਾ ਮੈਂ ਨਾ ਵੀਡੀਓ 'ਚ ਕਰਦੇ ਨੇ ਗਿਲਾ ਸ਼ਿਕਵਾ ਨਾ ਮਾਦਰ ਨਾ ਕਹਿੰਦਾ ਨਾ ਕਰਨ ਸਿੱਟੋ ਕੰਟ ਜਿਹੜਾ ਟਾਈਮ ਭਰਾ ਕਰਾਇਆ ਡੰਗਰ ਉਹਦਾ ਡੱਕਿਆ ਜਾਂਦਾ
ਕਰਾਓ ਭਰਾਵਾਂ ਨੂੰ ਸ਼ੌਂਕ। ਆਓ ਜੀ ਭਾਈ ਅਕਮਲ ਸਾਹਿਬ ਲੈ ਕੇ ਆਓ। ਮਾਸ਼ਾਅੱਲਾ ਜੀ ਅੱਜ ਦੀ ਵੀਡੀਓ ਦੀ ਸਭ ਤੋਂ ਪਹਿਲਵਾਨ ਵੈੜ ਹੈ ਇਹ, ਲਿਬਾਸ ਵੀ ਚੰਗਾ ਕੀਤਾ ਹੈ, ਹੈ ਵੀ ਸਿਹਤਮੰਦ ਦੇ ਥੱਲੇ ਪੂਰਾ ਮੈਦਾਨ ਲਾਇਆ। ਭਾਈ ਸ਼ਾਹ ਸਾਹਿਬ ਸੁਬਾ ਕਿਨਵਾ ਸੂਈ ਹੈ ਜੀ, ਕਦੋਂ ਦੀ ਸੂਈ ਹੈ? ਗਰੰਟੀ ਨਾਲ ਦੂਜਾ ਸੁਬਾ ਛਗੀਰੀਆਂ ਕੰਨੀਆਂ ਕੱਢਣ ਦੀ ਸਰ ਲਾ ਰਹੇ ਜੀ। ਸੁਬਾ ਗਰੰਟੀ ਨਾਲ ਦੂਸਰਾ ਲਾਮ ਦੀ ਕਾਫੀ ਹੈ, ਬਾਡੀ ਸਕੋਰ ਚੰਗਾ ਵੇ, 98 ਸੋਹਣੇ ਪਾਵਰਫੁਲ ਕਾਲੇ ਮੱਝਾਂ ਲੈ ਲੱਗੇ ਨੇ। ਕਿਦਾਂ ਦੀ ਸੂਈ ਹੈ ਭਾਈ ਸ਼ਾਹ ਸਾਹਿਬ? ਭਾਈ ਫਰਿਆਦ ਦੋ ਚੁਆਈਆਂ ਦੀਆਂ, ਤੀਸਰੀ ਹੁਣ ਹੋਣੀ ਹੈ। ਪਹਿਲੀ ਤੇ ਦੂਸਰੀ ਚੁਆਈ ਚ ਜਿੰਨਾ ਜਿੰਨਾ ਬੋਲਾ ਕੱਢਿਆ ਵਜ਼ਾਹਤ ਹੁੰਦੀ ਕਰੋ। ਪਹਿਲੀ ਚੁਆਈ ਚ 13 ਕਿਲੋ ਬੋਲਾ ਕੱਢਿਆ। ਪੱਕੀ ਗੱਲ ਹੈ? ਪੱਕੀ ਗੱਲ ਹੈ, ਲੈ ਦੋ ਕਮਨਾ 20 ਕਿਲੋ ਵਾਲੀ ਵੈੜੀ ਰਿਕਾਰਡ ਹੈ ਦਾ ਆਪਣੇ ਰਿਸ਼ਤੇਦਾਰਾਂ ਕੋਲ ਆਈ ਹੈ। ਦੂਸਰੀ ਚੁਆਈ ਚ ਕਿੰਨਾ? ਦੂਜੀ ਚੁਆਈ ਚ ਕੱਢਿਆ ਤਾਂ ਤਕਰੀਬਨ ਕੋਈ 7-8 ਕਿਲੋ ਹੋਣਾ। ਸੁਬਾ ਦੂਸਰਾ ਵੇ, ਦੋ ਜੀ ਦੀਆਂ ਚੁਆਈਆਂ ਹੋਈਆਂ ਨੇ। ਹਲਕਾ ਜਿਹਾ ਭਾਈ ਟੋਰ ਕੇ ਲਿਆਓ ਜੀ। ਪਹਿਲੀ ਚੁਆਈ ਚ ਭਾਈ ਦੀ ਕਹਿ ਰਹੇ ਨੇ ਤਕਰੀਬਨ ਕੋਈ 13 ਕਿਲੋ, ਦੂਸਰੀ ਚ 7 ਕਿਲੋ। ਪਹਿਲੀ ਚੁਆਈ ਚ ਡੱਕਾ ਹੁੰਦਾ, ਜ਼ਿਆਦਾ ਬੋਲੀ ਹੁੰਦੀ ਹੈ। ਮਾਸ਼ਾਅੱਲਾ ਜੀ ਲਿਬਾਸ ਵੀ ਚੰਗਾ ਕੀਤਾ। ਤੀਸਰੀ ਚੁਆਈ ਹੁਣ ਦੀ ਹੋਣੀ ਹੈ, ਪੁੱਠਾ ਵੀ ਦੋਸਤਾਂ ਵੇਖ ਲੈਣਾ। ਮਾਸ਼ਾਅੱਲਾ ਜੀ ਗਾਂ ਦੀ ਗਾਂ ਵੇ, ਮੱਝ ਦੀ ਮੱਝ। ਲਿਆਓ ਭਾਈ ਜ਼ਰਾ ਪਰਤਾ ਕੇ, ਕੀ ਨਸਲ ਹੈ ਭਾਈ ਸ਼ਾਹ ਸਾਹਿਬ ਜੀ? ਭਾਈ ਫਰਿਆਦ ਰੈੱਡ ਫਰੀਜ਼ੀਆਂ ਤੇ ਚੋਲਾ ਸੰਗਾ ਕਰਾ ਸੇ। ਰੈੱਡ ਫਰੀਜ਼ੀਆਂ ਤੇ ਚੋਲਾ ਸੰਗਾ ਕਰਾ ਸੇ ਹਾਂਜੀ। ਵੇਖੋ ਜਿਹਨੇ ਕੱਦ ਘੱਟ ਵੈੜੀਆਂ ਨੂੰ ਦੇਣੇ, ਦੂਜਾ ਸੁਬਾ ਗਰੰਟੀ ਨਾਲ ਲੈ ਲਓ ਘੁੰਮਦਾ ਤੇ ਸਿਹਤ ਵੇਖੋ ਵੈੜੀ ਦੀ। ਮੈਂ ਤਾਂ ਕਹਿੰਦਾ ਫਰੀਜ਼ੀਆਂ ਤੇ ਚੋਲਾ ਸੰਗਾ ਨਹੀਂ। ਚਲੋ ਇਸ ਗੱਲ ਦੀ ਮਾਦਰ ਚਾਹੁੰਦੀ ਹੈ ਤੁਹਾਡੀ ਪਛਾਣ ਨਹੀਂ, ਜੋ ਤੁਹਾਡੇ ਦੇਹ ਨਾਲ ਨਸਲ ਹੁੰਦੀ ਉਹ ਦੱਸੋ ਭਰਾਵਾਂ ਨੂੰ, ਬੁਰਾ ਮਹਿਸੂਸ ਨਾ ਕਰੇ ਕੋਈ ਵੀਰ ਮੇਰਾ ਇਸ ਗੱਲ। ਚਲੋ ਕੋਈ ਨਹੀਂ, ਤੁਸੀਂ ਰਲ ਮਿਲ ਕੇ ਦੱਸਣੀ ਹੈ ਨਾ। ਕੋਈ ਗੱਲ ਨਹੀਂ ਭਾਈ, ਦੋਸਤ ਵੀ ਕਮੈਂਟ ਕਰਕੇ ਦੱਸ ਸਕਦੇ ਨੇ ਸਾਨੂੰ, ਦੋਸਤ ਵੀ ਦੱਸ ਸਕਦੇ ਨੇ, ਕੋਈ ਤਰਾ ਨਹੀਂ। ਅੱਜ ਵੇਖੋ ਬੰਦਾ ਗਲਤੀ ਦਾ ਕੁਲਚਾ, ਬੰਦਾ ਭੁੱਲ ਵੀ ਸਕਦਾ ਕਿਹੜੀ ਨਸਲ ਤੇ ਲਿਖੀ ਕਿਤਾਬ ਰੱਖੀ ਹੈ, ਤੇ ਇਹਨਾਂ ਦੇ ਅੱਲਾ ਤੋਂ ਕਮਨਾ ਸਾਹਮਣੇ ਆਖਣਾ ਆ। ਠੀਕ ਹੈ, ਜਾ ਕੀ ਪਿੱਛੇ ਦੇ ਬੱਚਾ, ਉਹ ਚੀਜ਼ ਆ ਪੀ ਲਵਦੀ ਹੈ ਦੋਸਤ, ਇਹ ਪਿੱਛੇ ਦੇ ਬੱਚਾ। ਮਾਸ਼ਾਅੱਲਾ ਜੀ ਨਾੜੂ ਵੀ ਚੱਕ ਰਿਹਾ ਦੋਸਤਾਂ, ਨਾ ਨਾੜੂ ਹੈ ਜਨਾਬ। ਠੀਕ ਹੈ, ਇਹ ਨਾੜੂ ਵੀ ਦੋਸਤਾਂ ਵੇਖ ਲੈਣ ਤੇ ਇਹਨਾਂ ਲੈ ਗਿਆ। ਠੀਕ ਹੈ, ਲਓ ਭਾਈ ਟੋਰ ਕੇ ਨੰਬਰ 1 ਦੇ ਚੱਕ ਕਰਵਾਉਂਦੇ ਆ ਪਿਆ, ਫਰੀਜ਼ੀਅਨ ਤੇ ਚੋਲਸਤਾਨੀ ਕਲਾਸ ਹੈ। ਪੂਰੀ ਕਰਾਇਓ, ਪੂਰੀ ਤਸੱਲੀ ਵੜ ਦੇ ਕਰਾਣੀ ਹੈ। ਸਰ ਜੀ ਉਧਰ ਖੁੱਲੀ ਜਗ੍ਹਾ ਤੇ ਹੋਣੀ ਜੀ, ਇਧਰ ਜਗ੍ਹਾ ਛੱਡ ਦਿੱਤੀ। ਉਧਰ ਮਾਜੇ ਨੂੰ ਕਰੀਏ। ਆ ਮਾਸ਼ਾਅੱਲਾ ਜੀ, ਪੁੱਠਾ ਦੋਸਤਾਂ ਫਿਰ ਵੇਖਣਾ, ਲਿਬਾਸ ਚੰਗਾ ਕੀਤਾ ਵੇ, ਮਜ਼ਬੂਤ ਕਲਾਸ ਹੈ, ਗਰਮੀਆਂ ਦਾ ਤੋਹਫਾ ਹੈ, ਫਿਲਹਾਲ ਬੋਲੇ ਤੇ ਵੇ। ਭਾਈ ਪ੍ਰਤਾਪ ਜੀ ਜਰਾ ਸਿੱਧੀ ਕਰੇ, ਹੱਥੇ ਖਲਾਰ। ਮਾਸ਼ਾਅੱਲਾ ਜੀ ਯਾਦ, ਵੇਖੋ ਕੱਖ ਕੁਦਰਤ ਦੇ ਨਿਜ਼ਾਮ ਨੇ, ਵੇਖੋ ਕਾਲੀ ਅੱਖ, ਦੋ ਅੱਖਾਂ ਕਾਲੀਆਂ ਜੀ, ਸੁਰਮਾ ਹੀ ਪਾਇਆ। ਮਾਸ਼ਾਅੱਲਾ ਜੀ, ਤੇ ਅੱਲਾ ਪਾਕ ਨੇ ਖੈਰ ਰੱਖੇ ਆ, ਤੇ ਬੰਦਾ ਤਰੋਲਾ ਕਰ ਲੈ ਆ, ਲੋਕੀ ਸਰਕੇ ਜਾਂਦੀ ਬਹਿੰਦੇ ਨੇ, ਇੱਕ ਕਾਰਾਂ ਤਾਂ ਆਮ ਬੜੀਆਂ ਲੰਘਦੀਆਂ ਨੇ, ਤੇ ਜਿਹੜਾ ਭਰਾ ਬੈਠੀ ਬੰਨੇ ਹੈਗਾ ਜਿਹੜੇ ਡੇਰੇ ਦੇ, ਇਹ ਕਰੋਲਾ ਕਾਰ ਚ ਖਿਲਾਰ ਕੋ ਵੇਖੇਗਾ ਜਵਾਬ ਕੋਈ ਚੀਜ਼ ਬੱਦੀ ਜੇ ਮੈਂ ਤੋਹਫਾ ਹੀ ਹੈ ਅੱਲਾ ਦੇ ਕੰਮ ਨਾਲ। ਠੀਕ ਹੈ, ਇਹ ਜਨੇ ਆ ਪਹਿਲਾਂ ਦੱਸੋ ਆਪਣੀ ਸੋਹਣੀ ਚੀਜ਼। ਮਾਸ਼ਾਅੱਲਾ ਜੀ, ਉਸਾ ਨਾ ਤੇ ਰੂਪ ਵੇਖੋ ਅੱਲਾ ਤਾਲਾ ਦੀ ਬਣਾਈ ਚੀਜ਼ ਦੇ, ਵੇਖੋ ਕਿਸੇ ਪਾਸੇ ਖੁੰਜੀ ਹੈ ਤਾਂ ਦੱਸੋ। ਜ਼ਿੰਦਾਬਾਦ। ਆਓ ਜੀ ਭਾਈ ਅਕਮਲ ਸਾਹਿਬ, ਲਿਆਓ ਜੀ ਬੰਨੋ। ਹੋਰ ਗੱਲ ਹੈ ਬੱਚਾ, ਥੱਲੋਂ ਕਰੀਏ ਤੇ ਚੋਣ ਜਿਵੇਂ ਟੂਵਾਲ ਨੇ, ਟੂਵਾਲ ਉਸਰਾ ਚੋਣੇ ਵੈੜੀ ਦੇ ਦਾ ਬਰਤਨ ਫੜ ਲਓ, ਨਹੀਂ ਤੇ ਜ਼ਾਇਆ ਨਾ ਕਰਿਓ, ਤੁਹਾਡੀ ਮਿਹਰਬਾਨੀ। ਸਾਡੀ ਬੰਨਾ ਜਲਦੀ ਆਏ ਨੇੜੇ, ਤੁਹਾਨੂੰ ਫੜ ਗਲਾਸ ਪੜ ਲਓ, ਗਲਾਸ ਲੈ ਆ, ਕੋਈ ਚੀਜ਼ ਫੜ ਲੈ, ਡੱਬਾ ਸ਼ਬਾ ਬਾਹਰ ਵੀ ਫੜ ਲਾਵੇਂ ਭਾਈ। ਹਾਂ ਮਾਸ਼ਾਅੱਲਾ, ਸਾਉ ਲੱਤ ਨੇ ਲਾਣੀ, ਜੁੱਟਾ ਕੋ ਲਾਏ ਨਾ ਲਾਏ, ਘਰ ਦੇ ਵਿੱਚ ਭਾਵੇਂ ਕੋ ਮਾਂ ਭੈਣ ਚੋ ਜਿਹੜੇ ਭਰਾ ਕਰ ਦੇਣੇ ਘਰਾਂ ਵਿੱਚ ਮਾਲ, ਇਹ ਗੱਲਾਂ ਮਨ ਚੋ ਆਈ ਦਉਣ ਲਗਾ। ਠੀਕ ਹੈ, ਤੋਰਿਆ ਲਾ ਕੇ ਫਜੂ ਆ, ਵੇਖ ਲੱਤ ਪਿਛਾ ਕਰ, ਇੰਜ ਚੁਆਈ ਕਰਨ ਲੱਗਿਆ ਲੱਤ ਪਿਛਾ ਆਖਣਾ, ਆ ਮਾਲ ਅੱਲਾ ਰੁਕਮ ਨਾ, ਵੇਖੋ ਕਿੰਨੀ ਅਕਲ ਰੱਖਦਾ। ਮਾਸ਼ਾਅੱਲਾ ਜੀ, ਇਹਨਾਂ ਕਿ ਲੱਤ ਪਿਛਾ ਕੇ, ਲੱਤ ਪਿਛਾ ਕਰ ਲਈ ਹੈ, ਟ੍ਰੇਨ ਕੀਤਾ ਜੀ ਨੂੰ, ਟ੍ਰੇਨ ਨਹੀਂ ਲੱਦਾ ਰੁਕਮ ਨਾ, ਚੀਜ਼ਾਂ ਆਪ ਹੀ ਪਈਆਂ ਲੱਭਦੀਆਂ ਨੇ। ਲਓ ਜੀ ਬਾਲੀ ਲੈ, ਇਹ ਡੇਢ ਬਾਲੀ ਦੁੱਧ ਕੱਢੇ ਕੇ ਲੱਦਾ ਰੁਕਮ ਨਾ, ਆ ਵੇਖੋ ਚੁਆਈ। ਆ ਮਾਸ਼ਾਅੱਲਾ ਜੀ, ਕੋਈ ਛੱਟਾ ਹੋਏਗਾ ਕਿਸੇ ਕਿਸਮ ਦਾ, ਵੇਖੋ ਚਵਾਂ ਥਾਣਾ ਚ ਦੋ ਦੋ ਧਾਰਾ ਮਾਰੋ, ਟਾਈਮ ਸ਼ਾਰਟ ਹੈ। ਭਾਈ ਸ਼ਾਹ ਦੇ ਦੂਸਰੇ ਹੱਥ ਨਜ਼ਰ ਆ, ਠੀਕ ਹੈ ਜੀ, ਬਾਲਟੀ ਲੈ ਅੱਲਾ ਦਾ ਬੰਦਾ, ਆ ਵੇਖੋ ਟੂਵਾਲ ਟੂਵਾਲ। ਮਾਸ਼ਾਅੱਲਾ ਜੀ, ਬੰਦਾ ਪਿਆ ਵੇ, ਠੀਕ ਆ, ਰੰਗਤ ਵੀ ਚੱਕ ਕਰਵਾ ਦੇ। ਆ ਮਾਸ਼ਾਅੱਲਾ ਜੀ, ਬੋਲੇ ਦੀ ਰੰਗਤ ਦੋਸਤ ਵੇਖ ਲੈਣੀ, ਬੋਲਾ ਇਹਨੇ ਵੇਖੋ, ਬੋਲਾ ਵਿੱਚ ਚਿੱਟਾ,
ਠੀਕ ਹੈ, ਬਿਹਤਰ ਹੋ ਗਿਆ। ਆ ਵੇਖੋ ਪ੍ਰੈਸ਼ਰ ਵਰਗ ਦੀ ਚੁਆਈ ਦਾ ਲਾ ਦੋ, ਕੋਣਾ ਦੋ ਦਾ ਖੋ ਪਾਣ ਤੁਹਾਡੇ ਨੂੰ ਛਟਾਈਏ। ਆ ਵੇਖਿਓ ਉਹ ਮੁਕੰਮਲ ਚੁਆਈ ਕਰਨੀ ਨਹੀਂ, ਮੁਕੰਮਲ ਤਸੱਲੀ ਭਰਾਵਾਂ ਪੂਰੀ ਕਰਾਣੀ ਹੈ ਕਿ ਹਾਂ ਸ਼ੌਕ ਨਾਲ ਲਈ ਹੈ ਤਾਂ ਬੜੀ ਚੰਗੀ ਹੈ। ਮਾਸ਼ਾਅੱਲਾ ਜੀ, ਥਾਣਾ ਦੀ ਵੰਡ ਵੀ ਦੋਸਤਾਂ ਚੈੱਕ ਕਰਵਾ ਦਿੰਦੇ ਆ। ਮੱਝਾਂ ਦਾ ਥਾਣਾ ਮੇਰੇ ਲਾ ਭਾਈ ਫਰਿਆਦ ਦੂਰ ਦੂਰ। ਮਾਸ਼ਾਅੱਲਾ ਜੀ, ਕੀ ਰੇਟ ਭਾਈ ਸ਼ਾਹ ਸਾਹਿਬ ਨੰਬਰ 2 ਦਾ? ਭਾਈ ਫਰਿਆਦ ਰੇਟ ਦੇ ਗੱਲ ਕੋ ਮੱਝਾ ਅੱਜ ਮਨਾ ਸੋਣਾ ਜਾ ਖੜਾ ਕਰਾ। ਸੋਣਾ ਲਾਣਾ ਜੀ ਜੀ, ਮੈਂ ਸੋਣੇ ਲਾਵਾਂਗੇ ਲੈ ਦੋ ਕੰਮ ਨਾਲ। 2,40,000 ਠੀਕ ਭਾਈ ਸ਼ਾਹ ਸਾਹਿਬ ਬੰਨੋ ਜੀ ਨੂੰ ਅੱਗੇ ਭਾਈ ਲਿਆਓ ਜੀ ਨੰਬਰ 3 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਢੋਲ ਕੇ ਲਿਆ ਭਾਈ ਜਾਨ। ਆਓ ਜੀ ਭਾਈ ਸ਼ਾਹ ਸਾਹਿਬ ਕਿੰਨਵਾਂ ਸੁਆ ਜੀ ਇਹਦਾ? ਇਹਦੀ ਮੁਕੰਮਲ ਚੁਆਈ ਕੀਤੀ? ਹਲਕਾ ਜਿਹਾ ਭਾਈ ਟੁਰ ਗਿਆ। ਪਹਿਲੀ ਚੁਆਈ ਚ ਕਿੰਨੀ ਕੁ ਬੋਲੀ ਕੱਢੀ ਹੈ ਜੀ? ਕਿਉਂ ਉਹ ਸੂਈ ਲੇਟ ਆ ਸੁਪੀ ਟਾਈਮ ਨਾਲ ਜੋ ਸ਼ੋ ਸੁੱਟੀ ਸੀ ਇਹਨੇ ਤੇ ਬੋਲੀ ਕੋ 6 ਕਿਲੋ ਕੱਢੀ ਟਾਈਮ। ਠੀਕ ਹੈ, ਇੱਕ ਇਹਦੀ ਚੁਆਈ ਹੋਈ ਹੈ, ਪਹਿਲੀ ਚੁਆਈ ਚ ਕੋਈ ਭਾਈ ਲੰਮੀ ਟੁਰ ਗਿਆ ਜ਼ਰਾ, ਕੋਈ 6 ਕਿਲੋ ਬੋਲੀ ਕੱਢੀ ਹੈ ਕਰਮ ਵਾਲੀ ਆ ਵੀ ਦੋ ਨੇ ਪਿੱਛੇ ਦੇ ਬੱਚੀ ਹੈ, ਦੂਸਰੀ ਚੁਆਈ ਹੁਣ ਦੀ ਹੋਣੀ ਹੈ। ਖਿਲਾ ਰਹੇ ਹੋ ਭਾਈ ਅਕਮਲ ਸਾਹਿਬ? ਮਾਸ਼ਾਅੱਲਾ ਜੀ, ਥਾਣ ਵੀ ਸੋਹਣੇ, ਦੋਰੇ ਮੱਝਾਂ ਨੇ ਲੱਗੇ ਨੇ, ਗਾਂ ਦੀ ਗਾਂ ਵੇ ਮਾਈ ਦੀ ਮੱਝ। ਪੂਰਾ ਜਿਹੜਾ ਭਰਾਉਣ ਸ਼ੌਂਕ ਰਾਇਓ ਦੇਖੋ ਬਿਰਲਾ ਥਾਣ। ਇਹ ਜਿਸਮ ਦੇ ਜਿਹੜੇ ਦਾਗ ਨੇ ਜਿਹੜੀ ਉਹ ਬਿਮਾਰੀ ਪਿੱਛੇ ਜੀ ਆਈ ਸੀ ਉਹ ਖਤਮ ਹੋ ਗਈ। ਕੋਈ ਇਹਦਾ ਇਸ਼ੂ ਨਹੀਂ, ਕੋਈ ਮਾਸਾ ਵੀ ਹੋਏ ਨਾਰਮਲ ਜੇ ਦਾਗ ਨੇ ਉਹ ਇਸ ਟਾਈਮ ਉਹ ਖਤਮ ਹੋ ਗਈ ਉਹਦੀ ਉਹਦੀ ਟੈਨਸ਼ਨ ਕੋਈ ਨਹੀਂ। ਠੀਕ ਹੈ, ਨਸਲ ਕੀ ਜੀ ਭਾਈ? ਫਿਰ ਆਦੇ ਚੋਲਸਤਾਨੀ ਸਾਈ ਵਾਲਾ ਕਰਾਸ ਹੈ, ਸਾਈ ਵਾਲ ਤੇ ਚੋਲਸਤਾਨੀ ਮਜ਼ਬੂਤ ਕਰਾਸ ਹੈ, ਦੁੱਧ ਵੀ ਫੈਟ ਵਾਲਾ ਗਾੜਾ ਮਾਸ਼ਾਅੱਲਾ ਜੀ।
ਤੇ ਗਰਮੀਆਂ ਚ ਗਰਮੀ ਵੀ ਨੀ ਕਰੇਗੀ। ਕੀ ਰੇਟ ਕੀ ਰੇਟ ਭਾਈ ਸ਼ਾਹ ਸਾਹਿਬ ਵਾਰਡ ਨੰਬਰ 3 ਦਾ? ਗਿਫਟ ਹੀ ਦੇਣੇ ਨੇ ਭਰਾਵਾਂ ਨੂੰ ਆਖਿਆ ਹੈ ਤੋਹਫੇ ਹੀ ਨੇ ਜੀ, ਤੋਹਫੇ ਹੀ ਲਾਦਾ ਦੋਨਾਂ ਦਾ। ਠੀਕ ਹੈ ਬਾਡੀ ਸਕੋਰ ਦੋਸਤਾਂ ਵੇਖ ਲੈਣਾ, ਕਾਦਾ ਵਰੇ ਚਾਰ ਦੰਦ ਦੇ ਸੁਆ ਦੂਸਰਾ ਵੇ ਨੰਬਰ 4 ਤੇ ਚੈੱਕ ਕਰਵਾਉਂਦੇ ਆਪੇ। ਨਹੀਂ ਜਿਹੜੀ ਗੱਲ ਕਰਾਂਗੇ ਕੈਮਰੇ ਅੱਗੇ ਖਲੋ ਕਰਨੇ ਆ, ਵੇਖੋ ਚਾਰ ਦੰਦ। ਠੀਕ ਹੈ, ਕਿਦਾਂ ਦੀ ਸੂਈ ਹੈ ਭਾਈ ਸ਼ਾਹ ਸਾਹਿਬ? 5 ਦਿਨ ਹੋ ਗਏ ਬਾਈ ਢੋਰ ਕੇ ਲਿਆ ਜ਼ਰਾ। ਸੁਆ ਦੂਸਰਾ ਵੇ ਨੰਬਰ 4 ਤੇ ਚੈੱਕ ਕਰਵਾਉਂਦੇ ਆਪੇ, ਦਿਨ ਤਕਰੀਬਨ 5 ਹੋ ਗਏ ਨੇ, ਕਾਲੇ ਥਣ ਲੱਗੇ ਨੇ, ਲਿਬਾਸ ਜ਼ਰਾ ਪੱਕੇ ਹੀ ਰੱਖ ਦਈਏ। ਦੁੱਧ ਕਿੰਨਾ ਕਿਹਦੇ ਕੋਲ? ਦੁੱਧ ਪੱਕਾ 10 ਕਿਲੋ ਹੋਏਗਾ ਇਸ ਟਾਈਮ ਬੋਲ ਵਾਲੇ ਕੋਲ। ਬਾਈ ਢੋਰ ਕੇ ਲਿਆ ਜ਼ਰਾ, ਕੀ ਹੋ ਗਿਆ ਅਕਮਲ ਸਾਹਿਬ? ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 10 ਕਿਲੋ, ਸੁਆ ਦੂਸਰਾ ਚਾਰ ਦੰਦ। ਦੁੱਧ ਹੈ ਪੱਕਾ ਖਲੋਂਦੇ, ਪੱਕਾ ਲਿਬਾਸ ਵੈਡੀ ਰੱਖ ਦਈਏ। ਐ ਵੇਖੋ ਉਂਗਲ ਖਬਾਵੋ, ਉਂਗਲ ਨੂੰ ਖੁਬੇ ਗਿਆ ਸਖਤ ਲਿਬਾਸ ਹੈ ਵੇਖੋ। ਠੀਕ ਹੈ, ਤੇ ਸੀ ਸਾਹੂ ਇੱਕ ਗੱਲ ਹੋਰ, 6 ਵੈੜੀਆਂ ਪਾਈਆਂ ਨੇ ਵੀਡੀਓ 'ਚ, 6 'ਚ ਕਿਸੇ ਦੇ ਘਰ ਜਾ ਕੇ ਮੇਰੀ ਵੈੜੀ ਲੱਤ ਲਾਏ, ਵੰਗਾ ਲਾ ਕੇ ਜੋ ਵੰਗੇ ਦੇ ਬੈਗ 'ਚ ਆਉਣ ਜਾਣ ਦਾ ਕਿਰਾਇਆ ਦਿਆਂਗਾ ਮੈਂ, ਇੱਕ ਲੱਤ ਵੀ ਲਾਏ ਮੈਂ ਚਾਹੁੰਦੇ ਹਾਂ। ਸਾਹੂ ਨੇ ਸਾਹੂ ਵੈੜੀਆਂ ਲੈ ਲਓ ਕਮ ਲਈ ਦੀਆਂ 5,000 ਨਹੀਂ ਵੇਖੀ ਦਾ ਤਸੱਲੀ ਨਾਲ ਮਾਲ ਸਾਹੂ ਲਈਦਾ। ਕੀ ਰੇਟ ਭਾਈ ਸ਼ਾਹ ਸਾਹਿਬ ਨੰਬਰ 4 ਦਾ? ਰੇਟ ਜਾਇਜ਼ ਮੁਨਾਸਬ ਹੀ ਕਰਨਾ, 2,00,000 ਤੇ 25,000 ਦਿਹਾੜੀ ਦੇਖਣਾ। ਸਵਾ ਦੋ ਦੁੱਧ 10 ਕਿਲੋ ਇਹ ਵੀ ਸੁਆ ਦੂਸਰਾ ਤੇ ਚਾਰ ਦੰਦ, ਮਾਸ਼ਾਅੱਲਾ ਜੀ ਕੀਮਤ 2,50। ਅੱਗੇ ਭਾਈ ਲਿਆਓ ਜੀ, ਹੋਰ ਖੜਾ ਕਰਨ ਲੱਗੇ, ਖੜਾ ਨਹੀਂ ਖੜਾ ਹੋ ਗਿਆ ਅੱਗੇ ਜੀ। ਯਕੀਨ ਕਰ ਲਓ, 100 ਕੀ ਬਚਦਾ ਜੱਟ ਨੇ ਗੱਲ ਕੱਢੀ ਜ਼ਬਾਨੋਂ, ਤੇ ਉਹ ਬੰਦਾ ਨੇ ਗੱਲ ਨਾ ਵਿਆ, 100 ਰੁਪਈਆ ਆਰਾਮ ਹੁੰਦਾ ਜੇ 5 ਤੋਂ ਥੱਲੇ ਲਈਏ ਤੇ, ਮੁੱਲ ਦਾ 40 ਲਾਣੇ ਲਾ ਪੈ, 5 ਛੇੜੇ ਤੇ 5 ਦੀ ਦੇਣੀ ਹੁਣ। ਗਲਤੀ ਲੱਗ ਗਈ? ਗਲਤੀ ਲੱਗ ਗਈ, ਕੋਈ ਗੱਲ ਨਹੀਂ, ਪੱਕੀ ਗੱਲ, ਸੱਚੀ ਗੱਲ, ਮਾਨੀ ਕਰਾਣੀ 5 ਦੀ ਆਪਣੀ ਹੈ, ਲੇਕਿਨ ਉਹ 5 ਦੀ ਦੇਣੀ ਹੁਣ, ਜ਼ਬਾਨ ਨੇ ਵਡਵਾਉਣੀ। ਆਉਂਦੇ ਛੜੇ ਦੋਸਤਾਂ ਨਾਲ ਇਹਨਾਂ ਕਿਉਂਕਿ ਮੈਂ ਵੇਚੜੀ ਕਿਸੇ ਹੋਰ ਜਿਹੜਾ ਭਰਾ ਫੋਨ ਕਰੇ ਦੇਵਾਂਗੇ, ਲੇਕਿਨ ਗੱਲ ਜੇ ਸੁਣਨ ਵਾਲੀ ਹੋਏਗੀ ਹੁਣ। ਬਸ ਠੀਕ ਹੈ ਜੀ, 2,50 ਤੁਸੀਂ ਲਾਇਆ ਵੇ, ਇਹਦੇ ਤੋਂ ਤੁਸੀਂ 1 ਰੁਪਇਆ ਵੀ ਨਾ ਛੱਡੋ, ਸਾਨੂੰ ਗਿਲਾ ਨਹੀਂ, ਲੇਕਿਨ ਜਿਹੜਾ ਦੋਸਤ ਤੁਹਾਡੇ ਕੋਲ ਮੰਗੇ ਤੁਸੀਂ ਉਹਨੂੰ ਦੇਣਾ। ਵੀਡੀਓ 'ਚ ਕੋਲ ਹੋਈ ਤਾਂ ਜ਼ਰੂਰ ਦੱਸਾਂਗੇ ਭਰਾ ਜੀ, ਕੋਲ ਦੇਵਾਂਗੇ। ਠੀਕ, ਲਿਆਓ ਭਾਈ ਅੱਗੇ ਜਾ ਕੇ ਕੱਢੋ, ਅੱਗੇ ਆ ਗਈ ਮਾਸ਼ਾਅੱਲਾ ਜੀ, ਜਾ ਕੇ ਕੱਢੋ ਭਾਈ ਅਕਮਲ ਸਾਹਿਬ ਨੰਬਰ 5 ਤੇ ਆ ਗਈ ਸੁਆ ਕਿਨਵਾ ਸ਼ਾਹ ਸਾਹਿਬ ਦਾ। ਇਹਦਾ ਭਾਜੀ ਦੂਜਾ ਸੁਆ ਜਿਹੜਾ, ਕਿਦਾਂ ਦੀ ਸੂਈ ਹੈ? ਸੂਈ ਨੇ ਦਿਨ ਹੋ ਗਏ ਜੇ 10 ਕੁ ਦਿਨ ਹੋ ਗਏ ਨੇ, 15 ਕੁ ਦਿਨ ਹੋ ਗਏ ਨੇ ਸੁਆ ਦੂਸਰਾ ਵੇ। ਦੁੱਧ ਕਿੰਨਾ ਕਿਹਦੇ ਕੋਲ? ਦੁੱਧ ਕੋ 9 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਬੱਚੇ 9 ਕਿਲੋ। ਲਿਆਓ ਭਾਈ ਪ੍ਰਤਾਪ ਕੇ ਜ਼ਰਾ, ਜਾ ਕੀ ਪਿੱਛੇ ਤੇ ਭਾਈ ਫਿਰ ਬੱਚਾ ਦੇ ਮਗਰ, ਇਹ ਪਿੱਛੇ ਦੇ ਬੱਚਾ ਵੇ, ਦਿਨ ਤਕਰੀਬਨ 15 ਕੁ ਹੋ ਗਏ ਨੇ ਸੁਆ ਦੂਸਰਾ ਵੇ। ਇਹ ਵੀ ਚੁੰਗੀ ਇਹ ਚਿਹਰਾ ਵੀ ਦੋਸਤਾਂ ਵੇਖ ਲੈਣਾ ਮਾਸ਼ਾ ਅੱਲਾਹ, ਦਰਦੀ ਦੇ ਕੋ ਤੁਹਾਨੂੰ ਦੱਸਿਆ ਨਹੀਂ, ਮੇਰਾ ਮਾਲ ਲੋਕ ਕਿਸੇ ਦੱਸੀ ਲਾਂ ਦੀ ਲੋੜ ਵੀ ਨਹੀਂ, ਸਾਊ ਹੋਏਗਾ ਰੱਜ ਰੱਜ ਕੇ ਸਾਊ। ਇਹ ਵੇਖੋ ਦੁੱਧ ਲੈ ਕੇ 11-12 ਕਿਲੋ ਕਰਨਾ ਇਹਨੇ, ਜਿੱਥੇ ਆਉਂਦੀ ਜਿੱਥੋਂ ਬੀਜੀ ਗੇਣ ਕੇ ਹੱਥੇ ਆ ਕੇ ਦਵਾਈ ਦਿੱਤੀ ਹੋਈ ਗਏ ਨੇ। ਠੀਕ, ਐਡੇ ਐਡੀ ਲੰਮੀ ਜਗੇਣ ਕਰੋ, ਬਰੂ ਵਾਲੇ ਪੱਠੇ ਪਾਏ ਦੇ, ਕੋਈ ਸੇਵਾ ਨਹੀਂ, ਮੁਲਾਜ਼ਮਾਂ ਕੀਤੀ ਕਲਾਣੀ ਨੇ ਦੇਣੀ। ਤੋਰ ਭਾਈ ਜਾਨ, ਪਿੱਛੇ ਦੇ ਬੱਚਾ ਦਿਨ ਤਕਰੀਬਨ 15 ਕੁ ਹੋ ਗਏ ਨੇ, ਸੁਬਾਹ ਦੂਸਰਾ ਵੇ ਤੇ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 9 ਕਿਲੋ। ਕੀ ਰੇਟ ਹੈ ਜੀ ਵਾਰਡ ਨੰਬਰ 5 ਦਾ? ਦੁੱਧ ਨੇ ਅੱਲਾ ਪਾ ਨਖਾ ਰੱਖੀ, ਦੁੱਧ ਦਾ 12-13 ਕਿਲੋ ਕਰੇ ਗਿਆ ਹੋਈ ਵੈੜੀ, ਫਿਰ ਸੇਵਾ ਨਹੀਂ ਵੈੜੀ ਦੀ ਹੋ ਸਕੀ। ਵੇਖੋ ਸੇਵਾ ਨਹੀਂ ਹੋਈ, ਫਿਰ ਬੰਦਿਆਂ ਨੇ ਐਡੇ ਐਡੇ ਪੱਠੇ ਪਾਏ, ਭੈੜਾ ਹਾਲ ਜਿਹੜੇ ਭਰਾ ਸਾਂਭ ਲੈਣੀ ਹੈ, ਇਹਨੇ 2,50,000 ਦੀ ਲੈਣੀ ਹੈ, ਇਹ ਲੈ ਕੇ ਅੱਖਾਂ ਮਿਟ ਕੇ ਉਹਨੂੰ ਬੱਚਤ ਹੋਏਗੀ। ਕੀ ਰੇਟ ਇਹਦਾ?
ਭਾਈ ਫਿਰ 2 ਲੱਖ ਦੱਸ ਗਿਆ ਸੀ ਇਹਦਾ, 2 ਲੱਖ 5 ਕਰ ਦਿਆ, 2-5 ਹੋ ਗਿਆ, ਕਰੇਗਾ ਯਾਦ ਕਰੇਗਾ। ਠੀਕ ਹੈ, ਅੱਗੇ ਭਾਈ ਲਿਆਓ ਜੀ ਨੰਬਰ 6 ਵਾਲੀ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ, ਸਿਹਤਮੰਦ ਦੇ ਗੱਬਣ ਹੈ ਜੀ, ਗੱਬਣ ਹੈ ਆ ਵੀ ਪਹਿਲਾਂ ਨੇ, ਪਹਿਲਾਂ ਤੇ ਨਵਾਬ ਜੀ ਦਾ ਪੂਰੀ ਹੈ ਜੀ, ਪੂਰੀ ਨਵਾਬ ਚੀਜ਼ ਹੈ ਜੀ, ਪੂਰੀ ਗੋਲ ਮਟੋਲੇ ਸੁਬਾ ਪਹਿਲਾ ਸੁਣਾ ਵੇ, ਕਿੰਨੇ ਦੰਦ ਹੈ ਜੀ, 2 ਦੰਦ, ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ ਨੰਬਰ 6 ਤੇ ਚੈੱਕ ਕਰਵਾਉਂਦੇ ਆ, ਪਹਿਲਨ ਵੈੜ ਹੈ ਵੀ 2 ਦੰਦ ਦੇ, ਟੋਰ ਕੇ ਭਾਈ ਲਿਆਓ ਜੀ, ਲਿਬਾਸ ਵੀ ਦੋਸਤਾਂ ਵੇਖ ਲੈਣਾ ਫਿਲਹਾਲ, ਕੱਚੀ ਭਾਈ ਜਾਨ ਟੋਰ ਕੇ ਲਿਆਓ ਜਰਾ, ਪੁੱਠਾ ਵੀ ਦੋਸਤਾਂ ਚੈੱਕ ਕਰਵਾ ਦਿੰਦੇ ਆ, ਦਿਨ ਕਿੰਨੇ ਕਿਲਾ ਜੀ ਭਾਈ ਸ਼ਾਹਦ ਹੈ ਭਾਈ, ਪੜਤਾ ਕੇ ਲਿਆਓ ਜਰਾ, ਸ਼ੌਕ ਪੂਰਾ ਕਰਵਾਵੋ, ਪੂਰਾ ਸ਼ੌਕ ਕਰਵਾ, ਦਿਨ ਕਿੰਨੇ ਕਿਲਾ ਰਹੀ ਹੈ ਭਾਈ, ਫਿਰ ਦਿਨ ਕੋ 5-6 ਲੇਗੀ, ਨਸਲ ਕੀ ਜੀ ਇਹਦੀ, ਇਹਦੇ ਚੋਲਸਤਾਨੀ ਤੇ ਸਾਈਵਾਲ ਕਰਾ ਲਿਆ ਭਾਈ, ਪਰਦਾ ਕੇ ਸਾਈਵਾਲ ਨਸਲ ਦੇ ਵਿੱਚ ਫਰਕ ਨਹੀਂ ਰੱਖਿਆ, ਸਾਈਵਾਲ ਦੇ ਚੋਲਸਤਾਨੀ ਬ੍ਰਾਂਡ ਮਾਸ਼ਾਅੱਲਾ ਜੀ, ਗੱਲ ਤਾਂ ਕਨੋਈ ਦੱਸਾਂਗੇ, ਠੀਕ ਹੈ, ਦੰਦੀ ਹੈ, 5 ਸਿਹਤਮੰਦ ਕਿੰਨੀ ਕਿ 6 ਮੰਦ ਇਹਦਾ ਵਜ਼ਨ ਹੀ ਲੱਗ, ਚੈੱਕ ਕਰਾਓ ਤੇ ਦੰਦ ਕੀ ਨਹੀਂ ਭਾਈ, ਅਕਮਲ ਗਰੰਟੀ ਨਾਲ ਭਰਾ ਲੇਗਾ, ਦੰਦ ਚੈੱਕ ਕਰਵਾਓ ਤੇ, ਚਲੋ ਬੰਨੋ ਤੁਸੀਂ, 2 ਦੰਦ ਸੀ ਆ ਕਿਹੜੀ ਕੋਈ, ਠੀਕ ਹੈ ਮਾਸ਼ਾਅੱਲਾ ਜੀ, ਠੀਕ ਹੈ, ਵੇਖੋ ਪਹਿਲਾਂ ਵੱਛੀ ਹੋ ਕੇ ਸਾਊ ਕਿੰਨੀ ਕੁ, ਵੇਖੋ ਬੰਨੋ ਭਾਈ ਜਾਨ, ਪੁੱਠਾ ਵੀ ਦੋਸਤਾਂ ਵੇਖ ਲੈਣਾ, ਬੰਨੋ ਭਾਈ ਜਾਨ ਕੀ ਰੇਟ ਹੈ ਭਾਈ ਸ਼ਾਹ ਸਾਹਿਬ ਐਡ ਨੰਬਰ 6 ਦਾ, ਭਾਈ ਫਰਾ ਰੇਟ ਦਾ ਵੀ 2,40,000 ਦੀ ਵੜੀ ਦੇਵਾਂਗੇ, 2,40 2,35 ਕਰੋ ਦਾ, 2,35 ਹੋ ਗਿਆ, ਪਹਿਲਾਂ ਨੇ ਬਾਡੀ ਸਕੋਰ ਚੰਗਾ ਵੇ, ਕੀਮਤ 2 ਲੱਖ ਤੇ 35,000, ਅੱਗੇ ਭਾਈ ਲੈ ਆਵੋ ਜੀ, ਮੱਝ ਲੈ ਆਵੋ ਜੀ, ਟੋਰ ਭਾਈ ਜਾਨ ਜੀ, ਭਾਈ ਸ਼ਾਹ ਸਾਹਿਬ ਕਿੰਨਾ ਸੁਆ ਜੀ ਮੱਝ ਦਾ, ਭਾਈ ਫਰਾ ਜੀ ਸੁਆ ਸੂਈ ਹੈ, ਤੀਸਰਾ ਗਲਤ ਬਿਆਨੀ ਨਹੀਂ ਕਰਨੀ, ਅੱਛਾ ਜਿਹੜਾ ਸੁਆ ਹੈਗਾ ਉਹ ਦੱਸਣਾ, ਮਾਲ ਵਿਕੇ ਜਾਂ ਨਾ ਵਿਕੇ, ਰੋਜੀ ਥੋੜੀ ਲੈਣੀ, ਬੋਤੀ ਲੈਣੀ, ਲਾਲ ਦੀ ਲੈਣੀ, ਆਰਾਮ ਕਰਕੇ ਨੀ ਲੈਣੀ, ਟੋਰ ਜੀ ਸੁਆ, ਤੀਸਰਾ ਦੱਸਾਂਗੇ ਕਿਥੋਂ ਦੀ ਸੂਈ ਹੈ, ਜਿਹੜਾ ਜੀਵਨ ਵਾਲਾ ਹੋ ਜਾਂਦਾ ਤੀਸਰਾ ਦੱਸਦੇ ਆ, ਕਿਹੜਾ ਸੂਏ ਨੂੰ ਡੱਕਾ ਲੱਗ ਜਾਣਾ, ਗੁਫੇ ਸੂਪੇ ਦੀ ਇਨਸ਼ਾਅੱਲਾ, ਕੋਈ ਗੱਲ ਨਹੀਂ, ਮਗਰ ਮਾਲ ਵੀ 5-5 ਸੂਏ ਸੂਏ, ਚਾਚੇ ਦਾ ਪੈਗਾਮ ਲੈਣਾ ਜੀ ਅੱਜ, ਹਾਂਜੀ ਚਾਚਾ ਕਰਾਚੀ ਵੀ ਰਹਿ ਕੇ ਆਇਆ ਜੀ, ਬਿਲਕੁਲ, ਟੋਰ ਕੇ ਲਿਆਓ ਭਾਈ ਜਾਨ, ਸੁਬਾਹ ਤੀਸਰਾ ਤੇ ਕਿਦੋਂ ਦੀ ਸੂਈ ਹੈ ਭਾਈ ਸ਼ਾਹ ਸਾਹਿਬ, ਸੂਈ ਨੂੰ ਦੇਣਾ ਅੱਜ 5 ਹੋ ਗਏ ਨੇ, 5 ਕਿ ਦਿਨ ਹੋ ਗਏ ਨੇ, ਬਰੀਕ ਚਮੜੀ ਪੁੱਠਾ ਵੀ ਦੋਸਤਾਂ ਵੇਖ ਲੈਣਾ ਭਾਈ, ਚਾਰਾ ਸਾਹਮਣੇ ਕਰਿਓ ਜਰਾ, ਕਾਲੀਆਂ ਅੱਖਾਂ ਨੇ, 2 ਅੱਖਾਂ ਦੀ ਰੰਗਤ ਵੀ ਸੇਮ ਹੈ, ਸਿੰਘ ਵੀ ਜਰਾ ਦੋਸਤਾਂ ਚੈੱਕ ਕਰਵਾ ਦਿਓ ਜੀ, ਦੁੱਧ ਕਿੰਨਾ ਕਿਹਦੇ ਕੋਲ ਭਾਈ, ਫਿਰ ਆਹ ਦੇਖੋ ਆਹਦਾ ਹੁਕਮ ਨਾਲ, ਮਾਸ਼ਾਅੱਲਾ ਜੀ, ਸਾਦੀ ਪਰ ਝੋਟੀ ਹੈ, ਮੱਝ ਦੀ ਮੱਝ ਤੇ ਗਾਂ ਦੀ ਗਾਂ, ਤੇ ਮੋਦੀ ਸਾਦੀ ਲਾਵਾਂਗਾ, ਤੁਹਾਡੇ ਵਾਲਾ ਲਿਖਾ ਸਾਦੀ ਲਿਆਓ ਭਾਈ, ਟੋਰ ਕੇ ਜਰਾ, ਕਿੰਨਾ ਕਿ ਦੁੱਧ ਦੇ ਕੋਲ ਭਾਈ, ਫਿਰ ਦੁੱਧ ਇਸ ਟਾਈਮ ਇਹਦੇ ਕੋਲ ਬੋਲਾ ਬੋਲਾ ਆ, ਦੋਸਤਾਂ ਲਾਓ ਜੀ ਭਾਈ ਸ਼ਾਹ ਸਾਹਿਬ ਰੇਟ ਦਾ, ਝੋਟੀ ਨੀ ਮੱਝ ਹੈ, ਮਾਝੀ ਲਾ ਲਾ ਸਾਡੇ ਵਪਾਰੀਆਂ ਮੂੰਹ ਝੋਟੀ ਫੱਬੀ ਗੱਲ ਨਿਕਲੀ ਆਉਂਦੀ ਹੈ, ਤਸੱਲੀਆਂ ਜਿਹੜਾ ਭਰਾਵਾਂ ਪੂਰੀਆਂ ਕਰਾ ਛੜਿਓ, ਮਾਸ਼ਾਅੱਲਾ, ਉੱਪਰਾਂ ਤੋਂ ਚੱਲੀਏ, ਵੇਖੋ ਸਾਊ ਦਾ ਝੋਟੀ ਹੈ, 33,500 ਰਾਤੀ ਲਈ ਹੈ, ਜੇ ਸਾਹਮਣੇ ਆ ਕੇ ਰੇਟ ਲਾਓ ਦਾ ਹੁਕਮ ਨਾਲ, ਭਾਈ ਫਰਿਆਦ ਮੈਂ ਨਾ ਲਾੜੋਂ ਰੇਟ, ਤੁਹਾਡੀ ਸੋਚ ਜਿੱਥੇ ਤੁਹਾਡੀ ਸੋਚ ਕੰਮ ਕਰਦੀ ਉੱਥੇ ਕਰਾ ਕੇ ਰੇਟ ਲਾ ਛੜੋ, ਲਾਓ ਤੁਸੀਂ ਸੋਹਣਾ ਰੇਟ, ਲਾੜਾਂ ਕਿ ਪੈਕੇਜ ਭਲਾ, ਪੈਕੇਜ ਤੁਸੀਂ ਲਾਉਂਦੇ ਹੋ, ਪੈਕੇਜ ਲਾ ਛੜਾਂਗੇ ਲਾ ਦੋ ਹੁਕਮ ਨਾਲ, ਤਾਜ਼ੀ ਮੈਂ ਮੁੱਲ ਲਾਂਗਾ ਗਾਂ ਦਾ, ਲਾ ਦੋ ਮੈਂ 2,65,000 ਦੇ ਦੇਣਾਗੇ, 2,65 ਜ਼ਿੰਦਾਬਾਦ, ਬਿਹਤਰੀਨ ਹੋ ਗਿਆ ਮਾਸ਼ਾਅੱਲਾ ਜੀ, ਦੁੱਧ 8-9 ਕਿਲੋ ਕੀਮਤ 2,65, ਭਾਈ ਫਰਿਆਦ ਹੋਰ ਖੜਾ ਕਰੋ ਥੋੜਾ ਜੈਂਡ ਵਾਲਾ ਸ਼ਾਟ, 260 ਕਰ ਛੜੋ ਜਾਓ, ਜਿਹੜਾ ਭਰਾ ਖੜੇ ਯਾਦ ਕਰੇ ਲਾ ਦੋ, ਕੀ ਬਾਤ ਹੈ, ਅੱਜ ਵੱਡੀਆਂ ਸ਼ਾਟਾਂ, ਜੈਦ ਰੋਜ਼ੀ ਲੈਣੀ, ਜੈਦ ਜੀ ਬਿਲਕੁਲ, ਆਂਡਾ ਤੁਹਾਨੂੰ ਖਾਂਡਾ ਖਾਣਾ ਹੈ, ਮੁਰਗੀ ਨਹੀਂ ਖਾਣੀ, ਮਜ਼ੀਦ ਕੋ ਦੋਸਤਾਂ ਵਾਸਤੇ ਪੈਗਾਮ, ਪੈਗਾਮ ਹੈ ਜੀ ਭਾਈ ਫਰਿਆਦ ਦੋਸਤਾਂ ਦਾ, ਜਿੰਨਾ ਸ਼ੁਕਰੀਆ ਅਦਾ ਕਰੀਏ ਓਨਾ ਹੀ ਥੋੜਾ, ਤੁਹਾਨੂੰ ਪਹਿਲਾਂ ਵੀ ਅਰਜ਼ੀ ਕੀਤੀ, ਦੱਸਿਆ ਵੱਛਾ ਹੋਰ ਗਾਂ ਚੋਂ ਚੱਲਾ ਤੁਸੀਂ ਨੂੰ, ਭਾਈ ਫਰਿਆਦ
ਗੱਲਾਂ ਕੀਤੀਆਂ ਕੋਈ ਪਹਾੜ ਲੈਣੇ ਲਾਭਾ ਤਾਂ ਸ਼ੁਕਰ ਹੈ ਲਾਭਾ ਜਿੰਨੇ ਚਿਰ ਰੱਖੇ ਰਾਜ਼ੀ ਰਹਿਣਾ ਚਾਹੀਦਾ। ਦੋਸਤਾਂ ਦੇ ਹੌਂਸਲੇ ਸਹੀ ਤੁਰਿਆ ਦੋਸਤਾਂ ਨੇ ਹੌਂਸਲਾ ਕਰਦੇ ਨੇ ਅਤੇ ਮੈਂ ਜਿੰਨੀ ਕੁ ਖਿਦਮਤ ਦੋਸਤਾਂ ਵਾਸਤੇ ਕਰ ਸਕਾਂਗਾ ਉੱਨੀ ਕੁ ਕਰਾਂਗਾ ਲਾ ਦੋ ਹੁਕਮ ਨਾਲ। ਮੈਂ ਧਾਬਿਆਂ ਦਾ ਆ ਰਹਾਂ, ਅੱਲਾ ਹਾਫਿਜ਼ ਜੀ। ਭਾਈ ਸ਼ਾਹ ਸਾਹਿਬ ਬਹੁਤ ਸ਼ੁਕਰੀਆ ਜੀ। ਭਾ ਅਫਜ਼ਲ ਦਾ ਪੈਗਾਮ ਅੱਜ ਲੈਣਾ ਵੇ, ਭਾ ਅਫਜ਼ਲ ਨੂੰ ਜਗ੍ਹਾ ਦਿਓ ਯਾਰ, ਤੁਸੀਂ ਥੱਲੇ ਬਿਠਾਇਆ ਜੀ। ਅਸਲਾਮ ਅਲੈਕੁਮ ਜੀ। ਕੀ ਹਾਲ ਹੈ ਭਾ ਅਫਜ਼ਲ? ਠੀਕ ਠਾਕ, ਤੁਸੀਂ? ਹੋਰ ਸਿਹਤ ਦੀ ਸੁਣਾਓ? ਅੱਲਾ ਦਾ ਕਰਮ ਹੈ। ਕੀ ਪੈਗਾਮ ਹੈ ਦੋਸਤਾਂ ਵਾਸਤੇ ਅੱਜ? ਸਭ ਮਾਲ ਵਕਾਹੜੋ, ਮਿਹਰਬਾਨੀ ਇਹਦੀ, ਇਸ਼ਾ ਤੇ ਜਾਨ ਛਡਾਓ ਝੋਟੇ ਦੀ। ਪੁੱਠੇ ਪੁੱਠੇ ਪਾਣ ਡੇ। ਹੋਰ ਕਰਾਚੀ ਦੇ ਹਾਲਾਤ ਕੈਸੇ ਨੇ? ਕਰਾਚੀ ਦੇ ਹਾਲਾਤ ਭੈੜੇ ਨੇ। ਰਹਿ ਕੇ ਆਏ ਉੱਥੇ? ਨਹੀਂ ਨਹੀਂ। ਯਾਦਾਂ ਵੈਸੇ ਤੁਹਾਡੀਆਂ? ਬਸ ਯਾਦਾਂ ਰਹਿੰਦੀਆਂ ਉੱਥੇ, ਯਾਦਾਂ ਰਹਿ ਗਈਆਂ। ਹੋਰ ਠੀਕ ਠਾਕ ਬਾ। ਯਾਦਾਂ ਕੀ ਕੀਤਾ ਉੱਥੇ ਪੁੱਛੋ? ਹਾਂ ਪੁੱਛਾਂਗੇ। ਚਲੋ ਨਹੀਂ ਬੜਾ ਅੱਜ।